ਇਸ ਲਾਈਨ ਦੇ ਉੱਤੇ ਤੁਰਦੇ ਹੋਏ ਨਾ ਇੱਕ ਗੱਲ ਮੈਂ ਨੋਟ ਕੀਤੀ ਆ, ਗਾਇਕੀ ਲਾਈਨ ਦੇ ਵਿੱਚ ਹਰ ਇੱਕ ਤੀਸਰਾ ਬੰਦਾ ਤੁਹਾਨੂੰ ਝੂਠੇ ਸੁਪਨੇ ਵਿਖਾਉਣ ਵਾਲਾ, ਝੂਠੇ ਦਿਲਾਸੇ ਦੇਣ ਵਾਲਾ ਮਿਲਦਾ, ਵੀ ਕਹਿੰਦਾ ਕੁਛ ਹੋਰ ਹੁੰਦਾ ਅਤੇ ਕਰਦੇ ਕੁਛ ਹੋਰ ਨੇ, ਹੈ ਨਾ। ਇੱਕ ਦਿਨ ਕੋਈ ਬੱਚਾ ਸੀਗਾ, ਉਹ ਗੇਮ ਖੇਡ ਰਿਹਾ ਸੀ, ਗੇਮ ਸੀ ਉਹ ਲੁੱਡੋ। ਹਾਂ, ਅਤੇ ਮੇਰੇ ਉਹ ਆਈਡੀਆ ਮਾਇੰਡ ਦੇ ਵਿੱਚ ਘੁੰਮ ਗਿਆ ਵੀ ਉਹ, ਕਿਉਂਕਿ ਬੜੀ ਗੇਮ ਪਾਪੂਲਰ ਹੋਈ ਸੀ ਨਾ, ਅਤੇ ਮੈਂ ਉਸ ਚੀਜ਼ ਨੂੰ ਮੈਂ ਆਪਣੀ ਲਾਈਫ ਦੇ ਉੱਤੇ ਲੈ ਕੇ ਗਾਣਾ ਲਿਖਿਆ ਸੀਗਾ ਨਾ। ਹੋ ਹੱਕ ਲੈਣੇ ਪੈਂਦੇ ਡਾਂਗ ਵਾਲੇ ਜ਼ੋਰ ਨਾ, ਨੀ ਮਾਰੇ ਕਿ ਦਿਨ ਨਾ ਗੁਜ਼ਾਰੇ ਜਾਂਦੇ ਆ। ਹੋ ਇੱਕ ਗੱਲ ਵੀਰੇ ਮੇਰੀ ਨੋਟ ਕਰ ਲਈਆਂ, ਬੰਦੇ ਜਜ਼ਬਾਤੀ ਜਿਹੇ ਮਾਰੇ ਜਾਂਦੇ ਆ। ਓਏ ਫਿਰਦੀ ਆ ਖੇਡਦੀ ਸਕੀਮਾਂ ਦੁਨੀਆ, ਹਾਂ ਫਿਰਦੀ ਆ ਖੇਡਦੀ ਸਕੀਮਾਂ ਦੁਨੀਆ, ਉਹ ਪੁੱਠਿਆਂ ਕੰਮਾਂ ਨੂੰ ਜਮਾਂ ਤਣੀ ਪਈ ਹੈ। ਜਿਹਦਾ ਦਿਲ ਕਰੇ ਖੇਡ ਜਾਂਦਾ ਏ ਹਰੇਕ ਸਾਲੀ, ਜ਼ਿੰਦਗੀ ਦੀ ਲੁੱਡੋ ਗੇਮ ਬਣੀ ਪਈ ਹੈ। ਜਿਹਦਾ ਦਿਲ ਕਰੇ ਖੇਡ ਜਾਂਦਾ ਏ ਹਰੇਕ ਸਾਲੀ, ਜ਼ਿੰਦਗੀ ਦੀ ਲੁੱਡੋ ਗੇਮ ਬਣੀ ਪਈ ਹੈ। ਇਹ ਇੱਦਾਂ ਦੀਆਂ ਸੱਚਾਈਆਂ ਲਿਖਣ ਦੇ ਵਿੱਚ ਮੈਨੂੰ ਬੜਾ ਸਕੂਨ ਮਿਲਦਾ। ਬਾਕੀ ਇੱਕ ਮੈਂ ਥੋੜ੍ਹੀ ਸੋਚ ਇੱਦਾਂ ਦੀ ਰੱਖੀ ਆ, ਦੇਖੋ ਅੱਜ ਦੇ ਟਾਈਮ ਦੇ ਵਿੱਚ ਹਿੱਟ ਹੋਣਾ ਨਹੀਂ ਔਖਾ, ਬਿਲਕੁਲ, ਕਿਉਂ ਕੰਟਰੋਵਰਸੀ ਦਾ ਦੌਰ ਚੱਲਦਾ। ਮੈਂ ਸ਼ਾਇਦ ਮੈਂ ਵੀ ਕਿਸੇ ਖਿਲਾਫ਼ ਬੋਲ ਕੇ ਅੱਜ ਹੀ ਇੱਥੋਂ ਵੀਡੀਓ ਪਾ ਦੇਵਾਂ, ਰਾਤੋਂ ਰਾਤ ਸਟਾਰ ਕਰ ਦੇਣਗੇ ਲੋਕ, ਹੈ ਨਾ। ਅਤੇ ਪਰ ਮੈਂ ਥੋੜ੍ਹਾ ਜਿਹਾ ਇਹ ਸੋਚਦਾ ਹੁੰਦਾ ਵੀ ਜੇ ਤਾਂ ਕੁਛ ਦਿਨਾਂ ਲਈ ਹਿੱਟ ਰਹਿਣਾ ਤਾਂ ਪਬਲਿਕਲੀ ਸਟੰਟ ਖੇਡ ਲਓ, ਕੋਈ ਚੱਕਰ ਨਹੀਂ। ਪਰ ਜੇ ਲੋਕਾਂ ਦੇ ਦਿਲਾਂ ਦੀ ਪੀ ਆਰ ਲੈਣੀ ਆ ਤਾਂ ਜੋ ਰਿਐਲਿਟੀ ਆ ਉਹ ਤਾਂ ਹੌਲੀ ਹੌਲੀ, ਪਰ ਜਦੋਂ ਲੋਕਾਂ ਦੇ ਦਿਲ 'ਚ ਪੀ ਆਰ ਮਿਲ ਗਈ ਫਿਰ ਤੁਹਾਡੇ ਭਾਵੇਂ ਕਿੱਡਾ ਵੀ ਮਰਜ਼ੀ ਥੰਮ ਹੈ, ਭਾਵੇਂ ਆਪਣੇ ਓਪੋਜਿਟ ਹੋ ਜਾਵੇ ਤਾਂ ਲੋਕ ਆਪਾਂ ਨੂੰ ਬੋਲਣ ਦੀ ਲੋੜ ਨਹੀਂ ਪੈਣੀ, ਲੋਕ ਖੁਦ ਜਵਾਬ ਦਿੰਦੇ ਨੇ ਉਸ ਚੀਜ਼ ਦਾ। ਅਤੇ ਮੈਂ ਆਪਣੀ ਸੋਚ ਇੱਥੇ ਰੱਖੀ ਹੋਈ ਹੈ, ਭਾਵੇਂ ਜਿੱਥੇ ਤੱਕ ਪਰਮਾਤਮਾ ਜਿੰਨਾ ਟਾਈਮ ਗਵਾਉਂਦਾ ਜਿੰਨਾ ਟਾਈਮ ਲਿਖਾਉਂਦਾ, ਬਸ ਲੋਕਾਂ ਦੇ ਦਿਲ 'ਚ ਜਗ੍ਹਾ ਬਣੀ ਰਹੇ ਹਮੇਸ਼ਾ। ਅਤੇ ਅੱਛਾ, ਅੱਜ ਕੱਲ੍ਹ ਮਤਲਬ ਇੱਦਾਂ ਵੀ ਹੁੰਦਾ ਹੈ ਕਿ ਜਦੋਂ ਤੁਸੀਂ ਹੁਣ ਸੈਲੀਬ੍ਰਿਟੀ ਬਣ ਗਏ ਹੋ, ਹੈ ਨਾ, ਇੱਕ ਆਈਕਨ ਬਣ ਗਏ ਹੋ ਸਭ ਦੇ ਲਈ, ਤਾਂ ਤੁਹਾਨੂੰ ਲੋਕ ਫੋਲੋ ਕਰਦੇ ਨੇ, ਮਤਲਬ ਜਿੱਦਾਂ ਤੁਸੀਂ ਕਹੋਗੇ ਉੱਦਾਂ ਬਣਦੇ ਨੇ, ਕਰਦੇ ਨੇ, ਤਾਂ ਤੁਸੀਂ ਐਜ਼ ਅ ਸਿੰਗਰ ਜਾਂ ਐਜ਼ ਐਨ ਆਰਟਿਸਟ ਮਤਲਬ ਕਿੰਨਾ ਕੁ ਰਿਸਪੋਂਸੀਬਲ ਫੀਲ ਕਰਦੇ ਹੋ, ਕਿੰਨੀ ਕੁ ਰਿਸਪੋਂਸੀਬਿਲਿਟੀ ਤੁਹਾਨੂੰ ਲੱਗਦੀ ਹੈ ਕਿ ਇਸ ਦਰਜੇ ਨੇ ਤੁਹਾਨੂੰ ਦਿੱਤੀ ਹੈ? ਅਸਲ ਜਦੋਂ ਤੱਕ ਹੁਣ ਜਿੱਥੋਂ ਤੱਕ ਪਬਲਿਕ ਦੇ ਫੋਲੋ ਕਰਨ ਵਾਲੀ ਗੱਲ ਆਉਂਦੀ ਹੈ, ਹੁਣ ਗਾਣਾ ਹਿੱਟ ਹੋਇਆ ਅਤੇ ਸ਼ਾਇਦ ਮੈਂ ਵੀ ਜਿਹੜੀ ਵੀ ਗਲੀ ਲੰਘਾਂ ਜਾਂ ਮੈਂ ਜਿਹੜੀ ਵੀ ਕਾਰ 'ਚ ਬੈਠਾਂ, ਵੱਡੀ ਕਾਰ 'ਚ ਬੈਠਾਂ ਜਾਂ ਮੈਂ ਵਧੀਆ ਬ੍ਰੈਂਡ ਪਾ ਕੇ ਨਿਕਲਾਂ, ਹੈ ਨਾ, ਅਤੇ ਮੈਨੂੰ ਪਤਾ ਨਹੀਂ, ਮੈਨੂੰ ਕਰਨਾ ਹੀ ਬੜਾ ਔਖਾ ਲੱਗਦਾ ਵੀ ਮੈਥੋਂ ਹੋ ਨਹੀਂ ਰਿਹਾ ਉਹ। ਅਤੇ ਮੈਨੂੰ ਇੱਕ ਬੜੇ 57 ਮਤਲਬ 60 ਕੁ ਸਾਲ ਦੇ ਸਾਡੇ ਅੰਕਲ ਸੀਗਾ, ਮੈਨੂੰ ਉਹਨਾਂ ਦਾ ਫੋਨ ਆਇਆ ਅਤੇ ਕਹਿੰਦੇ ਵੀ ਉਹਨਾਂ ਨੇ ਇੱਕ ਬੜੀ ਘੈਂਟ ਗੱਲ ਜਿਹੜੀ ਉਹਨਾਂ ਨੇ ਮੈਨੂੰ ਕਹੀ, ਕਹਿੰਦੇ ਵੀ ਪੁੱਤ, ਕਹਿੰਦੇ ਮੈਂ ਤੇਰੇ ਸਾਰੇ ਇੰਟਰਵਿਊਜ਼ ਵੇਖੇ ਅਤੇ ਤੇਰੇ ਸਾਰੇ ਗਾਣੇ ਮੈਂ ਸੁਣੇ, ਕਹਿੰਦਾ ਵੀ ਜ਼ਰੂਰੀ ਨਹੀਂ ਹੁੰਦਾ ਵੀ ਪੈਂਟ ਕੋਟ ਪਾ ਕੇ ਟਾਈ ਲਾ ਕੇ ਅਤੇ ਵਾਲ ਖੜ੍ਹੇ ਕਰਕੇ ਉਹ ਬੰਦੇ ਦੀ ਪਰਸਨੈਲਿਟੀ ਹੁੰਦੀ ਹੈ, ਇੱਕ ਸਾਦਾਪਣ ਜਿਹੜਾ ਉਹ ਵੀ ਇੱਕ ਬੰਦੇ ਦੀ ਪਰਸਨੈਲਿਟੀ ਹੁੰਦੀ ਹੈ। ਉਹ ਗੱਲ ਨੂੰ ਮੈਂ ਨੋਟ ਕਰਕੇ ਮੈਨੂੰ ਇੱਦਾਂ ਹੁੰਦਾ ਵੀ ਬਸ ਜਦੋਂ ਹੀ ਲੋਕਾਂ ਦੇ ਵਿੱਚ ਘੁੰਮਾਂ ਤੱਕ ਇੱਦਾਂ ਹੀ ਘੁੰਮਾਂ ਵੀ ਬਸ ਸਕੂਨ ਜਿਹਾ ਮਿਲੇ ਉਸ ਚੀਜ਼ ਨੂੰ ਲੈ ਕੇ, ਹੈ ਨਾ, ਵੀ ਅਲੱਗ ਜਿਹਾ ਬਸ ਅਲੱਗ ਚਮਕੇ ਤਾਂ ਬੜਾ ਕੰਮ ਚਮਕੇ, ਵੀ ਜ਼ਰੂਰੀ ਨਹੀਂ ਹੈਗਾ ਵੀ ਹਰ ਟਾਈਮ ਵੀ ਵਾਲਾਂ 'ਤੇ ਲਾ ਕੇ ਜੈਲ ਉਹਨਾਂ ਨੂੰ ਸਿੱਧਾ ਤੱਕਲੇ ਵਾਂਗੂ ਖੜ੍ਹੇ ਕਰਕੇ ਰੱਖੋ, ਬਸ ਇੱਦਾਂ ਨੋਰਮਲ ਲਾਈਫ ਮੈਨੂੰ ਵਧੀਆ ਲੱਗਦੀ ਹੈ। ਪਰਸਨੈਲਿਟੀ ਤਾਂ ਸਾਡੀ ਗੱਲਾਂ ਨਾਲ ਬਣਦੀ ਹੈ, ਬਸ ਬਸ, ਹਾਂਜੀ ਹਾਂਜੀ, ਨਜ਼ਰੀਏ ਨਾਲ ਬਣਦੀ ਹੈ, ਅਤੇ ਜਿੱਦਾਂ ਅਸੀਂ ਅਸਲ ਜਦੋਂ ਲੋਕਾਂ ਨੇ ਆਪਾਂ ਨੂੰ ਦਿਲਾਂ 'ਚ ਥਾਂ ਦਿੱਤੀ ਉਹ ਸਾਡੀ ਪਰਸਨੈਲਿਟੀ। ਬਿਲਕੁਲ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਅਤੇ ਅੱਛਾ, ਤੁਸੀਂ ਆਪਣੇ ਆਪ ਤੋਂ ਲਿਖਦੇ ਹੀ ਹੋ, ਜੇ ਕਿਸੇ ਹੋਰ ਆਰਟਿਸਟ ਦਾ ਲਿਖਿਆ ਹੋਇਆ ਗਾਣਾ ਹੋਵੇ ਤਾਂ ਕਿਹੜੇ ਲਿਰਿਸਿਸਟ ਹੋਣਗੇ? ਹਾਂਜੀ ਜ਼ਰੂਰ, ਮੈਂ ਨਵੇਂ ਜਿਹੜੇ ਮੁੰਡੇ ਲਿਖਦੇ ਆ ਮੈਂ ਉਹਨਾਂ ਦਾ ਬੜਾ ਰਿਗਾਰਡ ਕਰਦਾ, ਮੈਂ ਕਦੇ ਵੀ ਕਿਸੇ ਨੂੰ ਇਗਨੋਰ ਨਹੀਂ ਮਾਰਦਾ, ਕਿਉਂਕਿ ਬੜਾ ਮਾੜਾ ਵਕਤ ਆਪਾਂ ਨੇ ਵੀ ਹੰਢਾਇਆ ਹੋਇਆ। ਜਿੱਦਾਂ ਹੁਣ ਚਲੋ ਮੇਰੇ ਕੋਲ ਸੁਣਨ ਵਾਲੇ ਨੂੰ ਸਾਰਿਆਂ ਨੂੰ ਪਤਾ ਵੀ ਮੈਂ ਖੁਦ ਲਿਖਦਾ ਜੀ, ਬਟ ਮੈਂ ਉਹਨਾਂ ਨੂੰ ਜਦੋਂ ਵੀ ਕੋਈ ਕਹਿੰਦਾ ਵੀਰੇ ਮੈਂ ਗਾਣਾ ਲਿਖਿਆ ਵੀ ਤੁਸੀਂ ਮੇਰਾ ਗਾਣਾ ਗਾ ਦਿਓ, ਮੈਂ ਟੂ ਵੀ ਫਰੈਂਕ ਇੱਕੋ ਗੱਲ ਕਹਿੰਦਾ ਹੁੰਦਾ ਵੀਰੇ ਦੇਖੋ ਤੁਹਾਨੂੰ ਪਤਾ ਵੀ ਮੈਂ ਲਿਖਦਾ, ਜੇ ਤਾਂ ਕੋਈ ਮੈਨੂੰ ਲੱਗਿਆ ਵੀ ਹਾਂ ਮੇਰੇ ਲਿਖੀ ਹੋਈ ਚੀਜ਼ ਤੋਂ ਉੱਤੋਂ ਦੀ ਚੀਜ਼ ਹੈ ਤਾਂ ਮੈਂ ਜ਼ਰੂਰ ਤੁਹਾਨੂੰ ਬੁਲਾ ਕੇ ਤੁਹਾਡਾ ਜੋ ਬਣਦਾ ਹੱਕ ਹੈ ਵੀ ਉਹ ਵੀ ਦੇ ਕੇ ਮੈਂ ਫਿਰ ਗਾਣੇ ਨੂੰ ਕਰੂੰ। ਪਰ ਜੇ ਮਤਲਬ ਉਸ ਲੈਵਲ ਤੋਂ ਉੱਤੇ ਦਾ ਮਤਲਬ ਮੇਰੇ ਕੋਲ ਮਟੀਰੀਅਲ ਪਿਆ ਤਾਂ ਉਹ ਤੱਕ ਮੈਂ ਨਹੀਂ ਕਰ ਸਕਦਾ ਨਾ, ਵੀ ਕਿਸੇ ਨੂੰ ਝੂਠਾ ਲਾਰਾ ਲਾਉਣਾ ਜਾਂ ਝੂਠਾ ਵਾਅਦਾ ਕਰਨਾ ਮੈਂ ਚੰਗਾ ਨਹੀਂ ਸਮਝਦਾ। ਹਾਂਜੀ, ਅਤੇ ਮਤਲਬ ਤੁਸੀਂ ਕਿਸੇ ਹੋਰ ਸਿੰਗਰ ਦੇ ਲਈ ਵੀ ਇੱਕ ਤਾਂ ਅੱਜ ਹੀ ਰਿਲੀਜ਼ ਹੋਇਆ ਜਗਦੀਪ ਜੀ ਦਾ ਗਾਣਾ, ਅਤੇ ਹੋਰ ਅੱਗੇ ਵੀ ਤੁਸੀਂ ਆਰਟਿਸਟ ਨੂੰ ਸੌਂਗਸ ਆਪਣੇ ਦੇ ਹੋਏ ਨੇ? ਹਾਂਜੀ ਹਾਂਜੀ ਬਿਲਕੁਲ, ਇੱਕ ਗਾਣਾ ਅੱਜ ਏ ਕਮ ਸੁਧਾਰ ਵੀਰੇ ਦਾ ਹੋਇਆ, ਇੱਕ ਕੱਲ੍ਹ ਨੂੰ ਰਿਲੀਜ਼ ਹੋਣਾ ਗੁਰਸੇਵਕ ਬਰਾੜ ਵੀਰੇ ਦਾ, ਅਤੇ ਇੱਕ
ਕੁਲਵਿੰਦਰ ਕੈਲੀ ਭਾਅ ਜੀ ਗੁਰਲੇਜ ਮੈਮ ਨਾਲ ਡਿਊਟ ਸੌਂਗ ਆ ਰਿਹਾ, ਉਹ ਵੀ ਆਪਣਾ ਲਿਖਿਆ, ਅਤੇ ਬਾਕੀ ਨਵੇਂ ਮੁੰਡੇ ਨੇ 3-4 ਉਹ ਵੀ ਆ ਰਹੇ ਨੇ, ਜਿੱਦਾਂ ਜਿੱਦਾਂ ਲਾਈਨ ਅਪ ਹੁੰਦਾ ਉਹ ਅਨਾਊਂਸ ਕਰਦੇ ਰਹਿੰਦੇ ਜੀ ਅਸੀਂ। ਹਾਂਜੀ, ਅਤੇ ਹੁਣ ਸਾਨੂੰ ਸੋਸ਼ਲ ਮੀਡੀਆ ਤੋਂ ਇੱਕ ਹੋਰ ਸੌਂਗ ਦੀ ਰਿਕੁਐਸਟ ਆਈ ਹੈ ਜੀ, ਹਿਮਾਚਲ ਵਾਲੀ ਕੁੜੀ। ਠੀਕ ਹੈ ਠੀਕ ਹੈ, ਉਹ ਇੱਕ ਜੋ ਸੱਚਾਈ ਸੀਗੀ ਮੈਨੂੰ ਇੱਦਾਂ ਕਰਕੇ ਮੇਰੀ ਥੋੜ੍ਹੀ, ਮੈਂ ਇੱਕ ਤਾਂ ਆਪਣੇ ਫੇਸ ਫੂਸ ਵੱਲ ਤੁਹਾਨੂੰ ਲੱਗਦਾ ਮੈਂ ਧਿਆਨ ਨਹੀਂ ਦਿੰਦਾ ਹੈਗਾ ਛੇਤੀ ਛੇਤੀ, ਅਤੇ ਮੈਨੂੰ ਇੱਦਾਂ ਕਰਕੇ ਨਾ ਉਹ ਕੁੜੀ ਸੀ ਕੋਈ ਹਿਮਾਚਲ ਤੋਂ, ਉਹਦਾ ਮੈਨੂੰ ਮੈਸੇਜ ਆਇਆ ਪਿਆ ਕਹਿੰਦੇ ਵੀ ਤੁਸੀਂ ਇੱਦਾਂ ਕਰੋ ਜਿੱਦਾਂ ਉਹਨਾਂ ਦਾ ਰਹਿਣ ਸਹਿਣ ਪਹਾੜੀ ਇਲਾਕੇ ਦਾ ਹੈ ਨਾ, ਉਹਦੀ ਉੱਦਾਂ ਦੀ ਥਿੰਕਿੰਗ ਵੀ ਤੁਸੀਂ ਚਾਹ ਦੇ ਵਿੱਚ ਮਲੱਠੀ ਪਾਇਆ ਕਰੋ, ਇਹ ਵੋ ਸਾਰੀਆਂ ਵੀ ਜਿਹੜੀਆਂ ਦੇਸੀ ਜੜੀ ਬੂਟੀਆਂ ਹੁੰਦੀਆਂ ਉਹਦੀ ਦਵਾਈ, ਹਾਂ ਤੁਲਸੀ ਵੀ, ਉਹ ਦਵਾਈਆਂ ਗਿਣਾਤੀਆਂ। ਫਿਰ ਮੈਂ ਉਸ ਚੀਜ਼ ਨੂੰ ਵੀ ਗਾਣੇ 'ਚ ਹੀ ਲਿਆ ਉਹ ਸੀਗਾ, ਕਹਿੰਦਾ ਵੀ ਇੱਕ ਪਾਸੋਂ ਉਹ ਕੁੜੀ ਦੀ ਬੋਲੀ ਅਤੇ ਇੱਕ ਪਾਸੋਂ ਆਪਣੀ ਸੀਗੀ। ਹੋ ਹਮ ਥਾਰੇ ਸੇ ਪਿਆਰ ਕਰੇ ਗੱਲ ਚੱਲਦੀ ਹੈ ਕੱਲ ਦੀ, ਦਿਲ ਵਿੱਚ ਘਰ ਜਾ ਕਰ ਗਈ ਹੋਏ ਇੱਕ ਕੁੜੀ ਹਿਮਾਚਲ ਦੀ, ਹੋ ਡੇਲੀ ਮੋਰਨਿੰਗ ਰਨਿੰਗ ਕਰੀਦੀ ਹੋਏ ਹਲਕੀ ਫੁਲਕੀ ਜੀ, ਕਹਿੰਦੀ ਚਾਹੇ ਮੈਂ ਮਿਲਾ ਕੇ ਪੀਆ ਕਰੋ ਤੁਮ ਅਦਰਕ ਤੁਲਸੀ ਜੀ, ਹੋ ਰੱਬ ਜਾਣੇ ਕਿਉਂ ਇੰਨੀ ਫਿਕਰ ਜਈ ਹੋਏ ਕਰਦੀ ਯਾਰਾਂ ਦੀ, ਲੱਗਦਾ ਜੜੀ ਬੂਟੀਆਂ ਖਾਣ ਲਊਗੀ ਕੁੜੀ ਪਹਾੜਾਂ ਦੀ, ਹੋਏ ਲੱਗਦਾ ਜੜੀ ਬੂਟੀਆਂ ਖਾਣ ਲਊਗੀ ਕੁੜੀ ਪਹਾੜਾਂ ਦੀ। ਇਹ ਗਾਣਾ ਲਿਖਿਆ ਸੀਗਾ, ਕਾਫੀ ਮੈਂ ਕਲਿੱਪ ਜੀ ਪਾਈ ਸੀ, ਕਾਫੀ ਵਾਇਰਲ ਹੋਇਆ। ਹਾਂਜੀ ਹਾਂਜੀ, ਅਤੇ ਅੱਛਾ ਜਦੋਂ ਅਸੀਂ ਕੋਈ ਗਾਣਾ ਕਰਨਾ ਹੁੰਦਾ ਹੈ ਤਾਂ ਉਹਦੇ ਲਈ ਆਪਾਂ ਇੱਕ ਪੂਰੀ ਟੀਮ ਨਾਲ ਬਹਿੰਦੇ ਹਾਂ, ਡਿਸਾਈਡ ਕਰਦੇ ਹਾਂ ਕਿ ਇਹ ਗਾਣਾ ਕਰਨਾ ਹੈ ਨਹੀਂ ਕਰਨਾ ਹੈ, ਤਾਂ ਇਹੋ ਜਿਹੀ ਜਿਹੜੀ ਪ੍ਰੋਫੈਸ਼ਨਲ ਐਡਵਾਈਸ ਹੁੰਦੀ ਹੈ ਉਹ ਤੁਸੀਂ ਕਿਹਦੇ ਤੋਂ ਲੈਂਦੇ ਹੋ? ਇਹ ਮੇਰੀ ਆਪਣੀ ਪੁਰਾਣੀ ਟੀਮ ਹੈ ਜੀ ਸਾਰੀ, ਜਦੋਂ ਗਾਣਾ ਰਿਲੀਜ਼ ਕਰਨ ਤੋਂ ਪਹਿਲਾਂ ਉਹਦੀ ਪੂਰੀ ਡਾਕਟਰੀ ਕਰਦੇ ਨੇ ਸਾਰੇ, ਹੈ ਨਾ, ਵੀ ਜੇ ਉਹਦੇ 'ਚੋਂ 10 ਜਣੇ ਜਾਂ 20 ਜਣੇ ਬੈਠੇ ਹੋ, 20 ਦੇ ਵਿੱਚੋਂ ਇੱਕ ਨੇ ਕਹਿਤਾ ਵੀ ਯਾਰ ਮੈਨੂੰ ਵੀ ਵਧੀਆ ਨਹੀਂ ਲੱਗਿਆ ਗਾਣਾ, ਤਾਂ ਉਹਦਾ ਪੂਰਾ ਨਿਰੀਖਣ ਕੀਤਾ ਜਾਂਦਾ ਵੀ ਇਹਨੂੰ ਕਿਉਂ ਨਹੀਂ ਵਧੀਆ ਲੱਗਿਆ, ਉਹਨੂੰ ਫਿਰ ਉਹਦੇ ਜਿਹੜੇ ਪੁਆਇੰਟ ਆਫ ਵਿਊ ਨੇ ਉਹ ਲਏ ਜਾਂਦੇ ਨੇ ਵੀ ਕਿਹੜੇ ਐਂਗਲ ਤੋਂ ਤੈਨੂੰ ਵਧੀਆ ਨਹੀਂ ਲੱਗ ਰਿਹਾ, ਜੇ ਉਹਨੇ ਕਹਿਤਾ ਵੀ ਹਾਂ ਇਸ ਕਰਕੇ, ਫਿਰ ਉਸ ਨੂੰ ਪ੍ਰੋਜੈਕਟ ਮਾਰਦੇ ਨੇ, ਬੰਦਾ ਗੁੱਸੇ ਹੀ ਨਹੀਂ ਕਰਨਾ, ਆਪਾਂ ਹੋਰ ਚੁਣਦੇ ਹਾਂ ਕੋਈ ਜੀ। ਹਾਂਜੀ, ਅਤੇ ਅੱਛਾ ਤੁਸੀਂ ਸੌਂਗਸ ਤਾਂ ਲਿਖਦੇ ਹੋ, ਤੁਸੀਂ ਸ਼ਾਇਰੀ ਵਗੈਰਾ ਵੀ ਲਿਖਦੇ ਹੋ? ਹਾਂ, ਸ਼ਾਇਰੀ ਜ਼ਿਆਦਾ ਨਹੀਂ, ਥੋੜ੍ਹੀ ਬਹੁਤ ਬਸ ਕਰ ਲਈਦੀ ਹੈ। ਇੱਕ ਸ਼ੇਅਰ ਲਿਖਿਆ ਸੀਗਾ ਕਾਫੀ ਟਾਈਮ ਪਹਿਲਾਂ ਦਾ ਮੇਰੇ ਖਿਆਲ, ਉਦੋਂ ਮੈਂ ਹੋਊਂਗਾ ਪਲੱਸ 2 ਦੇ ਵਿੱਚ। ਅੱਛਾ, ਉਹ ਜਿਵੇਂ ਹੋ ਪਾਕ ਤੇ ਪਵਿੱਤਰ ਹੁਣ ਰਿਹਾ ਨਾ ਪਿਆਰ, ਖੌਰੇ ਕਿੰਨੇ ਕੁ ਗਲਾਂ ਦਾ ਸੋਹਣੇ ਹਾਰ ਬਣਦੇ, ਆ ਕੁੱਲੀ ਵਾਲਿਆਂ ਦੇ ਲੇਖਾਂ ਵਿੱਚ ਹੀਰਾਂ ਬਾਬਾ ਕਿੱਥੇ ਮਹਿਲਾਂ ਵਾਲਿਆਂ ਦੇ ਮਿੱਤਰ ਹੋ ਪਿਆਰ ਬਣਦੇ, ਉਹ ਰਾਂਝਾ ਇੱਕ ਹੀਰ ਪਿੱਛੇ ਰਿਹਾ 12 ਸਾਲ ਫਿਰਦਾ, ਆ ਹੁਣ 12 ਮਹੀਨਿਆਂ ਦੇ ਵਿੱਚ 24 ਹਾਰ ਬਣਦੇ, 24 ਦੇ ਵਿੱਚੋਂ ਬਾਬਾ 4 ਕੁ ਇਮਾਨਦਾਰ ਅਤੇ ਘੱਟੋ ਘੱਟ ਵੀ ਨੇ ਗਦਾਰ ਬਣਦੇ, ਉਹ ਧਰਮਪੁਰੇ ਵਾਲਿਆ ਛੱਡ ਪਿਆਰਾਂ ਪੂਰਾਂ ਨੂੰ, ਉਹ ਹੁਣ ਪਿਆਰ ਵੀ ਨੇ ਮਿੱਤਰਾ ਵਪਾਰ ਬਣ ਗਏ। ਆ ਇੱਦਾਂ ਇਹ ਕੁਛ ਜ਼ਿਆਦਾ ਮੈਨੂੰ ਨਹੀਂ ਆਉਂਦਾ, ਮੇਰਾ ਹੱਥ ਗਾਣੇ ਲਿਖਣ ਵਾਲਾ ਬਹੁਤ ਸੋਹਣਾ ਲਿਖਿਆ। ਥੈਂਕ ਯੂ ਥੈਂਕ ਯੂ। ਅੱਛਾ, ਤੁਸੀਂ ਹੁਣ ਤੱਕ ਕੋਈ ਸੈਡ ਸੌਂਗ ਕਿਉਂ ਨਹੀਂ ਕੀਤਾ? ਸੈਡ ਤੇਰਾ ਪਿੰਡ ਸੈਡ ਹੀ ਸੀਗਾ, ਲੋਕਾਂ ਨੇ ਬੀਟ ਤੇ ਨਹੀਂ, ਉਹ ਫੇਰ ਵੀ ਮਤਲਬ ਥੋੜਾ ਅਰਬਨ ਥੋੜਾ ਸੈਮੀ, ਮਤਲਬ ਸੈਮੀ ਬੀਟ ਨੂੰ ਆਪਾਂ ਕਹਿ ਸਕਦੇ ਹਾਂ, ਸੈਡ ਗਾਣੇ ਹੈਗੇ ਕਾਫੀ, ਤੇ ਚਲੋ ਮੈਂ ਤੁਹਾਡੇ ਨਾਲ, ਮੈਨੂੰ ਇਸ ਵੀ ਆਉਣ ਵਾਲੇ ਟਾਈਮ ਦੇ ਵਿੱਚ ਕਰਾਂਗੇ, ਬਿਲਕੁਲ, ਕਿਉਂਕਿ ਪਹਿਲਾਂ ਤਾਂ ਥੋੜੀ ਲਾਈਫ ਹੀ ਸੈਡ ਰਹੀ ਹੈ, ਹੁਣ ਥੋੜਾ ਜਿਹਾ ਫਨੀ ਮੂਡ ਦੇ ਵਿੱਚ ਹੋਣ ਲੱਗੇ ਆ, ਵੀ ਸੈਡ ਉਸ ਤੋਂ ਬਾਅਦ ਕਰਾਂਗੇ ਜੀ। ਤੇ ਇਨ ਫਿਊਚਰ ਮਤਲਬ ਤੁਹਾਡੇ ਫੈਨਸ ਨੂੰ ਕਿਸ ਤਰ੍ਹਾਂ ਦੇ ਸੌਂਗ ਸੁਣਨ ਨੂੰ ਮਿਲਣਗੇ? ਬੀਟ ਹੋ ਗਏ ਜਾਂ ਭੰਗੜਾ ਭੰਗੜਾ ਵਾਲਾ ਵੀ ਕੁਛ ਆ ਰਿਹਾ ਹੈ? ਬਿਲਕੁਲ, ਹੁਣ ਮਾਹੌਲ ਗਰਮ ਹੈ, ਹੁਣ ਤਾਂ ਗਰਮੀ ਰੱਖਣਾ ਫਿਲਹਾਲ ਤਾਂ, ਅਤੇ ਕਿਉਂਕਿ ਪਬਲਿਕ ਵੀ ਪਿਆਰ ਕਰਨ ਵਾਲੇ ਵੀ ਗਾਣੇ ਨੂੰ ਸੁਣ ਸੁਣ ਕੇ ਬੜੀ ਐਨਰਜੀ 'ਚ, ਜੇ ਹੁਣ ਉਸ ਤੋਂ ਬਾਅਦ ਮੈਂ ਸੈਡ ਕਰਾਂ ਤਾਂ ਫਿਰ ਉਹ ਗੱਲ ਨਹੀਂ ਬਣਨੀ ਜੀ ਜੀ। ਹਾਂਜੀ, ਅੱਛਾ ਤੁਸੀਂ ਬਾਲੀਵੁੱਡ ਦੇ ਵਿੱਚ ਕਿਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ? ਬਾਲੀਵੁੱਡ ਮਿਊਜ਼ਿਕ ਪਸੰਦ ਹੈ ਮਤਲਬ ਤੁਹਾਨੂੰ? ਮੈਂ ਜ਼ਿਆਦਾਤਰ ਜਦੋਂ ਟਰੈਕਟਰ ਚਲਾਉਂਦਾ ਹੁੰਦਾ ਸੀਗਾ ਜੀ, ਮੈਂ ਸਭ ਤੋਂ ਫੈਨ ਤਾਂ ਰਿਹਾ ਪੁਰਾਣਿਆਂ ਦਾ ਜੀ, ਜਿੱਦਾਂ ਮੁਹੰਮਦ ਸਦੀਕ ਸਾਹਿਬ, ਕਰਤਾਰ ਰਮਲਾ ਜੀ ਅਤੇ ਗੁਰਦਾਸ ਮਾਨ ਸਾਹਿਬ, ਅਤੇ ਇਹਨਾਂ ਨੂੰ ਬਾਪੂ ਲਾਲ ਚੰਦ ਜਮਲਾ ਜੱਟ ਜੀ, ਉਹਨਾਂ ਨੂੰ ਮੈਂ ਬੜਾ, ਉਹਨਾਂ ਦੀਆਂ ਤਰਜ਼ਾਂ ਚਮਕੀਲਾ ਹੋ ਗਿਆ ਬੜੀਆਂ, ਉਹ ਚੀਜ਼ਾਂ ਬੜਾ ਕੁਛ ਸਿਖਾਉਂਦੀਆਂ ਬੰਦੇ ਨੂੰ। ਹਾਂਜੀ, ਅਤੇ ਮਤਲਬ ਬੋਲੀਵੁੱਡ ਜਾਂ ਬੋਲੀਵੁੱਡ ਇੰਡਸਟਰੀ ਦੇ ਵਿੱਚ ਜੇ ਮੈਂ ਤੁਹਾਨੂੰ ਪੁੱਛਾਂ ਤਾਂ ਕੋਈ ਫੀਮੇਲ ਸੈਲੀਬ੍ਰਿਟੀ ਜਿਹਨਾਂ ਨੂੰ ਤੁਸੀਂ ਸੋਸ਼ਲ ਮੀਡੀਆ 'ਤੇ ਫੋਲੋ ਕਰਦੇ ਹੋ, ਮਤਲਬ ਬਹੁਤ ਵੱਧ ਫੋਲੋ ਕਰਦੇ ਹੋ, ਕੋਈ ਹੈ? ਪਹਿਲਾਂ ਤਾਂ ਜਿੱਥੋਂ ਤੱਕ ਗੱਲ ਆ ਗਈ ਫੋਲੋ ਕਰਨ ਵਾਲੀ, ਮੈਂ ਜਦੋਂ ਨਵਾਂ ਨਵਾਂ ਇੰਸਟਾ ਦੇ ਉੱਤੇ ਪੇਜ ਬਣਾਇਆ ਜੀ, ਅਤੇ ਇਹ ਗੱਲਾਂ ਵੀ ਹੁਣ ਸਮਝ ਆਈਆਂ ਵੀ ਬੰਦੇ ਨੂੰ ਫੋਲੋ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ। ਮੈਨੂੰ ਪਹਿਲਾਂ ਇਹ ਨਹੀਂ ਸੀਗਾ ਪਤਾ ਵੀ ਅਸਲ ਸਿਸਟਮ ਕੀ ਹੁੰਦਾ ਜੀ, ਅਤੇ ਮੈਂ ਜਿੱਦਾਂ ਸਾਰੇ
ਸਟਾਰ ਹੈਗੇ ਵੱਡੇ ਹੈ ਨਾ, ਅਤੇ ਮੈਂ ਉਹਨਾਂ ਦੇ ਨਾਮ ਕੱਢੇ ਉੱਥੋਂ, ਮੈਂ ਫੋਲੋ 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 ਕਰਦਾ ਗਿਆ, ਸਾਰਿਆਂ ਨੂੰ ਕਰਤਾ। ਹਾਂ, ਮੈਂ ਸਾਰਿਆਂ ਨੂੰ ਕਰਤਾ ਵੀ ਚਲੋ ਸਾਰਿਆਂ ਤੋਂ ਕੁਝ ਸਿੱਖਣ ਨੂੰ ਮਿਲਦਾ ਹੈ ਨਾ, ਅਤੇ ਬਾਕੀ ਕਿਸੇ ਨੂੰ ਭਾਵੇਂ ਆਪਣੇ ਤੋਂ ਉਮਰ 'ਚ ਛੋਟਾ ਹੁੰਦਾ, ਕਈ ਵਾਰੀ ਉਹ ਵੀ ਆਪਾਂ ਨੂੰ ਬੜਾ ਕੁਛ ਸਿਖਾ ਜਾਂਦਾ। ਜ਼ਰੂਰੀ ਨਹੀਂ ਵੀ ਆਪਣੇ ਤੋਂ ਵੱਡੇ ਹੀ ਸਿਖਾਉਂਦੇ ਨੇ, ਵੱਡੇ ਤਾਂ ਹਮੇਸ਼ਾ ਸਿਖਾਉਂਦੇ ਹੁੰਦੇ ਨੇ, ਵੀ ਸਿਖਾਉਣ ਲਈ ਏਜ ਮਾਇਨੇ ਨਹੀਂ ਰੱਖਦੀ, ਸਿੱਖਦੇ ਹੀ ਰਹਿੰਦੇ ਹਾਂ। ਹਾਂਜੀ, ਅਤੇ ਹੁਣ ਕੁਮਾਰ ਮੰਨਾ ਜੀ ਤੁਹਾਡੇ ਤੋਂ ਗੱਡੀ ਸੌਂਗ ਸੁਣਨਾ ਚਾਹੁੰਦੇ ਨੇ। ਓਕੇ ਓਕੇ, ਹਾਂਜੀ ਜ਼ਰੂਰ। ਹੋ ਫੋਰਚੂਨਰ ਤੋਂ ਮਨ ਜਾ ਅੱਕ ਗਿਆ, ਦਿਲ ਕਰਦਾ ਕੋਈ ਕਰਕੇ ਚੇਂਜ ਲੈ ਲਾ, ਹੋਏ ਓਡੀ ਵਾਲੇ ਨੂੰ ਵੀ ਨੀਂਦ ਜੀ ਨਹੀਂ ਆਉਂਦੀ, ਉਹ ਕਹਿੰਦਾ ਵੇਚ ਕੇ ਛੇਤੀ ਰੇਂਜ ਲੈ ਲਾ, ਹਾਏ ਕੱਪੜਿਆਂ ਵਾਂਗ ਬਦਲੀਆਂ ਗੱਡੀਆਂ, ਹਾ ਤਾਂ ਮਿੱਤਰਾ ਚੋਜੂ ਅਮੀਰਾਂ ਦੇ, ਪਰ ਕੋਈ ਟਾਵਾਂ ਬੰਦਾ ਸਬਰ ਕਰੇ, ਜੋ ਲਿਖਿਆ ਵਿੱਚ ਤਕਦੀਰਾਂ ਦੇ, ਹਾਏ ਸਭ ਪੈਸੇ ਦੀਆਂ ਗੇਮਾਂ ਮਿੱਤਰਾਂ, ਆ ਤਾਂ ਹੀ ਭੂੰਜੇ ਨਾ ਲੱਗਦੀ ਅੱਡੀ ਹੈ, ਉੱਪਰ ਗੱਡੀ ਤਾਂ ਵੀਰੇ ਗੱਡੀ ਹੈ, ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ। ਅਤੇ ਅਗਲੀ ਗੱਲ ਸੀ ਉਹ ਵੀ ਮੈਂ ਤੁਹਾਨੂੰ ਸੁਣਾਉਣਾ ਗਾ। ਮਹਿੰਗੀ ਗੱਡੀ ਵਿੱਚ ਬੰਦਾ ਨਹੀਂ ਮਰਦਾ, ਕਿ ਮਹਿੰਗੀ ਗੱਡੀ ਵਿੱਚ ਬੰਦਾ ਨਹੀਂ ਮਰਦਾ, ਉਹ ਇਹ ਤਾਂ ਵਹਿਮ ਸੋਹਣਿਆ ਯਾਰਾਂ ਦੇ, ਸੌ ਰੱਬ ਦੀ ਮੈਂ ਲਾ ਕੇ ਨਹੀਂ ਕਹਿੰਦਾ, ਮੈਂ ਛਪੀਆਂ ਵੇਖੀਆਂ ਵਿੱਚ ਅਖਬਾਰਾਂ ਦੇ, ਮੌਤ ਮੂਰੇ ਬੰਦੇ ਦੀ ਸਿਆਣਪ ਨਹੀਂ ਚੱਲਦੀ, ਉਹ ਜਦੋਂ ਆਉਣ ਲੱਗੀ ਉਹਨੇ ਲੈ ਜਾਣਾ, ਉਹ ਉੱਥੇ ਬੁਲਟ ਪਰੂਫ ਚਾਦਰਾਂ ਨੇ ਕੀ ਅੜਨਾ, ਜਿੱਥੇ ਮਿੱਤਰ ਅਕਾਲ ਨੇ ਪੈ ਜਾਣਾ, ਉਹ ਸਦਾ ਨਹੀਂ ਬਹਿਣਾ ਮਾਰ ਕੇ ਕੁੰਡਲੀ, ਆਹ ਗੱਲ ਕਿਉਂ ਦਿਲ ਚੋਂ ਕੱਢੀ ਹੈ, ਪਰ ਗੱਡੀ ਤਾਂ ਵੀਰੇ ਗੱਡੀ ਹੈ, ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ। ਅਤੇ ਹੁਣ ਮੈਨੂੰ ਲੱਗਦਾ ਛੂਆਂ ਛੂਆਂ 'ਤੇ ਜਾਂਦੇ ਹਾਂ, ਛੋਟੀ ਗੱਡੀ ਸਾਫ ਨਹੀਂ ਕੱਢਦੀ, ਹੁਣ ਵੱਡੀ ਆਪ ਨੂੰ ਲੈਣੀ ਪੈਣੀ ਹੈ। ਹੁਣ ਮੈਨੂੰ ਪਿਆਰ ਕਰਨ ਵਾਲੇ ਇਹ ਵੀ ਕਮੈਂਟ ਕਰਨਗੇ ਵੀ ਹੁਣ ਤੂੰ ਆਪ ਵੱਡੀ ਕਿਉਂ ਲੈ ਲਈ। ਚਲੋ ਚਲੋ, ਕਹਿਣ ਵਾਲੇ ਤਾਂ ਕਹਿੰਦੇ, ਬਾਕੀ ਕਹਿਣ ਵਾਲੇ, ਬਾਕੀ ਮੈਂ ਤਾਂ ਜਸਟ ਇਹੀ ਕਿਹਾ ਵੀ ਗੱਡੀ ਤਾਂ ਵੀਰੇ ਗੱਡੀ ਹੈ, ਭਾਵੇਂ ਛੋਟੀ ਹੈ ਭਾਵੇਂ ਵੱਡੀ ਹੈ, ਕਿਉਂ ਗਾਣੇ 'ਚ ਮੈਂ ਬੋਲਿਆ ਨਹੀਂ ਵੱਡੀ ਆਪਾਂ ਨੇ ਲੈਣੀ, ਕਿਉਂਕਿ ਛੋਟੀ ਗੱਡੀ ਵੀ ਕਿਸੇ ਲਈ ਵੱਡੀ ਹੈ। ਬਿਲਕੁਲ ਬਿਲਕੁਲ, ਜਿਹਦੀ ਜਿੰਨੀ ਕੁ ਜੇਬ ਹੈ ਉਹਦੇ ਲਈ ਉਹੀ ਮਰਸਡੀ ਬਣ ਜਾਂਦੀ। ਹਾਂਜੀ, ਅਤੇ ਅੱਛਾ ਜੇ ਆਰ ਨੇਤ ਨੂੰ ਆਪਣੇ ਆਪ ਨੂੰ ਮੈਂ ਕਹਾਂ ਕਿ ਦੋ ਵਰਡਸ 'ਚ ਤੁਸੀਂ ਡਿਸਕ੍ਰਾਈਬ ਕਰੋ, ਤੁਸੀਂ ਕੀ ਕਹੋਗੇ ਆਪਣੇ ਲਈ? ਮਤਲਬ ਮੈਨੂੰ ਦੁਬਾਰਾ ਸਮਝਾਓ, ਮੈਂ ਸਮਝਿਆ ਨਹੀਂ ਗਾ। ਮਤਲਬ ਕਿ ਤੁਸੀਂ, ਮਤਲਬ ਜੇ ਮੈਂ ਤੁਹਾਨੂੰ ਕਹਾਂ ਕਿ ਤੁਸੀਂ ਆਪਣੇ ਆਪ ਨੂੰ ਮਤਲਬ ਕੀ ਦੇਖਦੇ ਹੋ, ਜੇ ਕੋਈ ਹੋਰ ਮਤਲਬ ਤੁਹਾਨੂੰ ਦੇਖ ਕੇ ਜੋ ਸੋਚਦਾ ਹੋਵੇ ਕਿ ਹਾਂ ਮੈਂ ਇਸ ਤਰ੍ਹਾਂ ਦਾ ਇਨਸਾਨ ਹਾਂ? ਮੈਂ ਜਿਵੇਂ ਕਹਿੰਦਾ ਵੀ ਆਪਣੀ ਬੰਦਾ ਖੁਦ ਸੇਫਟੀ ਕਰਦਾ ਹੁੰਦਾ, ਵੀ ਲੋਕਾਂ ਦੀ ਨਜ਼ਰਾਂ 'ਚ ਮੈਂ ਲਾਦਾ ਵੀ ਭੋਲਾ ਜਾ। ਅੱਛਾ, ਅਤੇ ਹੁਣ ਆਨੇ ਜੀ ਅਸੀਂ ਖੇਡਣੀ ਹੈ ਗੇਮ, ਗੇਮ ਦਾ ਨਾਮ ਹੈ ਟ੍ਰਿਪਲੀ। ਹੁਣ ਮੈਂ ਤੁਹਾਨੂੰ ਤਿੰਨ ਚਾਰ ਸਵਾਲ ਪੁੱਛਣੇ ਨੇ, ਅਤੇ ਉਹਨਾਂ ਸਾਰਿਆਂ ਦੇ ਵਿੱਚੋਂ ਤੁਸੀਂ ਤਿੰਨ ਚੀਜ਼ਾਂ ਦਾ ਨਾਮ ਲੈਣਾ, ਜਿਵੇਂ ਕਿ ਤਿੰਨ ਉਹ ਥਾਵਾਂ ਜੋ ਤੁਸੀਂ ਕਦੇ ਵੀ ਨਹੀਂ ਛੱਡ ਸਕਦੇ ਜਿੱਥੇ ਜਾਣਾ। ਇੱਕ ਤਾਂ ਮੈਂ ਬੇਬੇ ਬਾਪੂ ਜਿੱਥੇ ਮੇਰੇ ਰਹਿੰਦੇ ਆ ਉਹ ਥਾਂ ਕਦੇ ਵੀ ਨਹੀਂ ਛੱਡ ਸਕਦਾ ਜੀ, ਅਤੇ ਇੱਕ ਮੇਰੇ ਜਿੱਥੇ ਯਾਰ ਦੋਸਤ, ਬਿਲਕੁਲ ਉਹ ਥਾਂ ਨਹੀਂ ਕਦੇ ਛੱਡ ਸਕਦਾ, ਅਤੇ ਤੀਸਰੀ ਥਾਂ ਵੀ ਸਾਜਦਾ ਕਰਨਾ, ਭਾਵੇਂ ਪਰਮਾਤਮਾ, ਭਾਵੇਂ ਉਹ ਗੁਰੂ ਘਰ ਹੈ, ਭਾਵੇਂ ਮੰਦਰ ਹੈ, ਵੀ ਜਿੱਥੋਂ ਵੀ ਐਂ ਲੱਗਦਾ ਵੀ ਰੱਬ ਦੇਖਦਾ ਉੱਥੇ ਸਿਰ ਝੁਕਦਾ। ਬਿਲਕੁਲ, ਹਾਂਜੀ। ਅਤੇ ਇੱਦਾਂ ਦੀਆਂ ਜੇ ਤੁਹਾਡੇ ਕੋਲ ਮੈਂ ਕਹਾਂ ਕਿ ਅਲਾਦੀਨ ਦਾ ਚਿਰਾਗ ਮਿਲ ਗਿਆ ਤੁਹਾਨੂੰ, ਅਤੇ ਤਿੰਨ ਵਿਸ਼ੇਸ ਤੁਸੀਂ ਕੀ ਮੰਗੋਗੇ? ਮੈਂ ਕਦੇ ਵਿਸ਼ ਉਹਦਾ ਮੰਗੀ ਨਹੀਂ, ਫਿਰ ਇਹ ਡਰ ਰਹਿੰਦਾ ਪੂਰੀ ਹੋਣੀ ਹੈ ਪਤਾ ਕਿ ਨਹੀਂ, ਅਤੇ ਬਸ ਮੈਂ ਤਾਂ ਇਹੀ ਮੰਗੂ ਵੀ ਜਿੰਨਾ ਟਾਈਮ ਵੀ ਮੈਂ ਵੱਡੇ ਤਰੀਕੇ ਨਾਲ ਸਕਸੈਸ ਨਹੀਂ ਹੋ ਜਾਂਦਾ, ਅਲਾਦੀਨ ਦੇ ਚਿਰਾਗ ਤੋਂ ਹੀ ਮੰਗਦਾ ਵੀ ਮੇਰੇ ਬੇਬੇ ਬਾਪੂ ਸਾਬਤ ਸਬੂਤ ਰਹਿਣ, ਉਹਨਾਂ ਦੀ ਉਮਰ ਵੱਧਦੀ ਰਹੇ ਜੀ। ਹਾਂਜੀ, ਅਤੇ ਤਿੰਨ ਇਹੋ ਜਿਹੀਆਂ ਚੀਜ਼ਾਂ ਜਿਨ੍ਹਾਂ ਤੋਂ ਬਿਨਾਂ ਤੁਸੀਂ ਰਹਿ ਨਹੀਂ ਸਕਦੇ, ਚੀਜ਼ ਗਿਣਾਉਣੀ ਹੈ ਤੁਸੀਂ? ਚੀਜ਼ਾਂ ਮਤਲਬ ਖਾਣ ਪੀਣ ਵਾਲੀ? ਖਾਣ ਪੀਣ ਵਾਲੀਆਂ ਜਾਂ ਇਲੈਕਟ੍ਰੋਨਿਕਸ ਹੋ ਗਏ, ਕੁਛ ਵੀ ਹੋ ਗਿਆ। ਇੱਕ ਤਾਂ ਚਾਹ ਤੋਂ ਬਿਨਾਂ ਨਹੀਂ ਰਹਿ ਹੁੰਦਾ, ਅਤੇ ਬਾਕੀ ਜਿਹੜਾ ਗੱਡੀ ਹੈ, ਗੱਡੀ ਬਿਨਾਂ ਵੀ ਨਹੀਂ ਸਰਦਾ ਕਿਤੇ ਆਉਣਾ ਜਾਣਾ ਹੈ ਨਾ ਜੀ, ਅਤੇ ਇੱਕ ਜਿੱਥੇ ਇੱਥੇ ਮੋਹਾਲੀ ਫਲੈਟ ਲਿਆ ਉਹਦੇ ਘਰ ਬਿਨਾਂ ਵੀ ਨਹੀਂ ਸਰਦਾ। ਹਾਂ ਜੀ, ਅੱਛਾ, ਤਿੰਨ ਗੱਲਾਂ ਜੋ ਤੁਹਾਨੂੰ ਹਮੇਸ਼ਾ ਤੰਗ ਕਰਦੀਆਂ ਨੇ ਕਿਸੇ ਵੀ ਇਨਸਾਨ 'ਚ, ਕੋਈ ਮਾੜੀ ਆਦਤ ਹੋ ਗਈ ਹੈ ਕੁਛ ਵੀ ਇੱਦਾਂ ਦਾ? ਮਾੜੀ ਆਦਤ ਵੈਸੇ ਸਾਰੇ ਜਿਹੜੇ ਫਰੈਂਡ ਸਰਕਲ ਨੇ ਸਾਰਾ ਚੰਗੇ ਨੇ ਜੀ, ਅਤੇ ਮਾੜੀ ਆਦਤ ਇੱਕ ਤਾਂ ਨਾਲ ਦੇ ਨਹੀਂ ਹੁੰਦੀ, ਜਦੋਂ ਕਿਤੇ ਮਾਹੌਲ 'ਚ ਬੈਠੇ ਹੁੰਦੇ ਹਾਂ ਮਹਿਫਲ 'ਚ, ਕਹਿੰਦੇ ਵੀ ਬਸ ਗਾਈ ਚੱਲ, ਇੱਕ ਪੱਟੂਆਂ ਦੀ ਉਹ ਬੜੀ ਮਾੜੀ ਆਦਤ ਹੈ, ਵੀ ਇਹ ਨਹੀਂ ਪਤਾ ਵੀ ਸਵੇਰ ਦਾ ਇੱਧਰੋਂ ਬਾਬਾ ਬੋਲਣ ਦਾ ਟਾਈਮ ਹੋ ਜਾਂਦਾ ਵੀ ਸਾਡਾ ਸੌਣ ਦਾ ਹੁੰਦਾ ਹੁੰਦਾ ਜੀ ਜੀ। ਹਾਂਜੀ, ਅਤੇ ਦੋ ਰਹਿ ਗਈਆਂ ਹੁਣ, ਦੋ ਰਹਿ ਗਈਆਂ। ਇੱਕ ਮੇਰੀ ਮਾੜੀ ਆਦਤ ਇਹ ਹੈ ਵੀ ਮੈਂ ਜਦੋਂ ਵੀ ਨਿਕਲਦਾ, ਮੈਂ ਜ਼ਰੂਰੀ ਨਹੀਂ ਵੀ ਬ੍ਰਾਂਡ ਪਾ ਕੇ ਨਿਕਲਦਾ, ਵੀ ਇੱਦਾਂ ਹੀ ਜਿੱਦਾਂ ਹੁੰਦੇ, ਵੀ ਇਹ ਮੇਰੀ ਮਾੜੀ ਆਦਤ ਹੀ ਹੈ, ਮੈਂ ਆਪਣੇ ਆਪ 'ਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਆਉਣ ਵਾਲੇ ਟਾਈਮ 'ਚ ਸ਼ਾਇਦ ਹੋ ਸਕੇ ਜੀ।
ਤੇ ਇੱਕ ਮਾੜੀ ਆਦਤ ਹੈ ਮੇਰਾ ਖਾਣਾ ਪੀਣਾ ਨਹੀਂ ਟਾਈਮ ਨਾਲ ਹੈਗਾ। ਜਹਾਜ਼ ਵੀ ਦੋ ਤਿੰਨ ਨੇ ਹੁਣ, ਮੈਨੂੰ ਇਹ ਨੀ ਪਤਾ ਕਿਹੜੇ ਦੀ ਡਿਮਾਂਡ ਹੈ। ਚਲੋ ਮੈਂ ਸੁਣਾਉਣਾ ਕਹਿੰਦਾ ਹੋ ਵੱਡੇ ਵੱਡੇ ਲੀਡਰਾਂ ਨੂੰ ਦਿੰਦੇ ਆ ਸਹਾਰੇ, ਨੀ ਵੀ ਵਾਰੀ ਲੈ ਕੇ ਗਿਆ ਮੋਦੀ ਵੀ ਉਧਾਰੇ, ਉਹ ਪਤਾ ਵੀ ਨਾ ਲੱਗਿਆ ਕਦੋਂ ਮਰ ਜਾਣੀਏ, ਅਸੀਂ ਸੁਖਵੀਰ ਤੋਂ ਵਿਆਜ ਲੈ ਕੇ ਸੌਂਦੇ ਹਾਂ ਹੋਏ, ਉਂਝ ਭਾਵੇਂ ਮਿੱਤਰਾਂ ਨੂੰ ਸਾਈਕਲ ਜੁੜੇ ਨਾ ਪਰ ਫੀਲਿੰਗਾਂ 'ਚ ਪਤਲੋ ਜਹਾਜ਼ ਲੈ ਕੇ ਸੌਂਦੇ ਹਾਂ। ਇਹ ਜਸਟ ਗਾਣਾ ਫਨ ਲਈ ਹੈ, ਕਿਤੇ ਕਲਿੱਪ ਕੱਟ ਕੇ ਪਾ ਦਿਓ ਵੀ ਯਾਰ ਨੇ ਤੈਨੂੰ ਸੁਖਵੀਰ ਜੀ ਨੂੰ ਪੈਸੇ ਦਿੱਤੇ ਹੋਏ ਉਧਾਰੇ, ਅਤੇ ਉਹਨਾਂ ਚੀਜ਼ਾਂ ਤੋਂ ਬੜਾ ਡਰ ਲੱਗਦਾ। ਅਤੇ ਲੋਕ ਇਸ ਗਾਣੇ ਨੂੰ ਬੜਾ ਪਿਆਰ ਦਿੰਦੇ ਆ, ਵੀ ਇੱਕ ਇੰਜੋਇਮੈਂਟ ਲਈ, ਇੰਟਰਟੇਨਮੈਂਟ ਲਈ ਗਾਣੇ ਬਣੇ ਹੁੰਦੇ ਹੈ ਨਾ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪੋਕਿਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ। ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਇੰਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।